ਕਿੱਦਾਂ ਫਿਰ ਸਾਰਿਆਂ ਦਾ ਯਾਰ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਸਾਡੇ ਇਸ ਨਵੇਂ ਚੈਨਲ 'ਤੇ ਜਿਨ੍ਹਾਂ ਨੂੰ ਨਹੀਂ ਪਤਾ ਆਪਣਾ ਮੇਨ ਚੈਨਲ ਹੈ ਪੰਜਾਬੀ ਰੀਅਲ ਟੀ ਵੀ ਅਤੇ ਅਸੀਂ ਰਾਹ 'ਚ ਇੱਥੇ ਰੁਕੇ ਹਾਂ ਕਿਤੇ ਕਿਉਂਕਿ ਅਸੀਂ ਜਾ ਰਹੇ ਹਾਂ ਫਿਰੋਜ਼ਪੁਰ ਗੁਰਦੁਆਰਾ ਵਜੀਦਪੁਰ ਗੁਰਦੁਆਰਾ ਸਾਹਿਬ ਹੈ ਇੱਕ ਉਹਦਾ ਇਤਿਹਾਸ ਤੁਹਾਨੂੰ ਅਸੀਂ ਉੱਥੇ ਜਾ ਕੇ ਦੱਸਾਂਗੇ ਅਤੇ ਇੰਟਰੋ ਇਹਦੀ ਬਣਾਈ ਨਹੀਂ ਸੀ ਆਪਾਂ ਘਰੇ ਅਤੇ ਮੈਂ ਕਿਹਾ ਚਲੋ ਰਾਹ 'ਚ ਰੁਕ ਕੇ ਕਿਤੇ ਬਣਾ ਲੈਂਦੇ ਹਾਂ ਇਹ ਦੋ ਨਹਿਰਾਂ ਆਉਂਦੀਆਂ ਜਿਹੜੇ ਬੰਦੇ ਮੋਗੇ ਵੱਲੋਂ ਆਉਂਦੇ ਉਹਨਾਂ ਨੂੰ ਪਤਾ ਕਿ ਫਿਰੋਜ਼ਪੁਰ 'ਚ ਕਿਹੜੀਆਂ ਨਹਿਰਾਂ ਆਉਂਦੀਆਂ ਠੀਕ ਹੈ ਅਤੇ ਬਾਕੀ ਮੈਂ ਇਕੱਲਾ ਨਹੀਂ ਜਾ ਰਿਹਾ ਮੇਰੇ ਨਾਲ ਮੰਮਾ ਪਾਪਾ ਵੀ ਨੇ ਸੋ ਆਪਾਂ ਪਹਿਲੀ ਵਾਰੀ ਜਾ ਰਹੇ ਨਾ ਉੱਥੇ ਨਹੀਂ ਦੂਜੀ ਵਾਰ ਨਹੀਂ ਮੈਂ ਪਹਿਲੀ ਵਾਰੀ ਜਾ ਰਿਹਾ ਅਸੀਂ ਦੂਜੀ ਵਾਰ ਚੱਲੇ ਆ ਓਕੇ ਇਤਿਹਾਸਕ ਗੁਰਦੁਆਰਾ ਸਾਹਿਬ ਆ ਸੋ ਗਾਈਜ਼ ਦੇਖਦੇ ਆ ਕਿ ਕੀ ਐਕਸਪੀਰੀਅੰਸ ਹੋਣ ਵਾਲਾ ਤੇ ਉੱਥੋਂ ਦੀ ਜਿਹੜੀ ਹਿਸਟਰੀ ਆ ਤੁਹਾਨੂੰ ਉਹ ਦੱਸਾਂਗੇ ਚਲੀਏ ਫਿਰ ਹੋਰ ਚਲੋ ਲੈਟਸ ਗੋ ਕਿਵੇਂ ਇਕੱਲੇ ਹੀ ਘੁੱਗੀ ਜਾਂਦਾ ਇਹ ਚੱਕਿਆ ਹੋਇਆ ਟਾਇਰ ਆ ਅਸੀਂ ਰਾਹ ਵਿੱਚ ਕਿਤੇ ਰੁਕਣਾ ਸੀਗਾ ਅਤੇ ਥੋੜ੍ਹਾ ਜਿਹਾ ਕੰਮ ਹੈ ਇੱਥੇ ਐਂਡ ਅੱਜ ਦੇ ਵੀਲੋਗ 'ਚ ਦਿਲਪ੍ਰੀਤ ਆਪਣੇ ਨਾਲ ਨਹੀਂ ਹੈਗੀ ਕਿਉਂਕਿ ਉਹ ਆਪਣੇ ਘਰ ਗਈ ਹੋਈ ਆ ਅਤੇ ਜੰਮਣ ਵੀ ਨਹੀਂ ਆ ਠੀਕ ਹੈ ਸੋ ਅਸੀਂ ਇੱਥੇ ਥੋੜ੍ਹੇ ਜਿਹੇ ਕੰਮ ਲਈ ਰੁਕੇ ਹਾਂ ਕਿਤੇ ਉਸ ਤੋਂ ਬਾਅਦ ਆਪਾਂ ਗੁਰਦੁਆਰਾ ਸਾਹਿਬ ਜਾਣਾ ਗੁਰਦੁਆਰੇ ਦਾ ਨਾਮ ਹੈਗਾ ਗੁਰਦੁਆਰਾ ਜਾਮਨੀ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਉਸ ਜਗ੍ਹਾ 'ਤੇ ਆਏ ਹੋਏ ਆ ਇੰਨਾ ਕੁ ਹਜੇ ਸਾਨੂੰ ਪਤਾ ਬਟ ਬਾਕੀ ਜਿਹੜੀ ਹਿਸਟਰੀ ਆ ਉਹ ਮੈਨੂੰ ਵੀ ਨਹੀਂ ਪਤਾ ਅਤੇ ਖੁਦ ਆਪਾਂ ਉੱਥੇ ਜਾ ਕੇ ਦੇਖਾਂਗੇ ਅਤੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਹੁਣ ਥੋੜ੍ਹਾ ਮੈਂ ਬੱਚਿਆਂ ਵਾਸਤੇ ਗੱਡੀ 'ਚ ਸਮਾਨ ਪਿਆ ਸੀ ਲੇਸ ਵਗੈਰਾ ਐਂਡ ਪਾਣੀ ਵਗੈਰਾ ਅਤੇ ਉਹ ਲੈ ਕੇ ਚੱਲਿਆ ਉਹਨਾਂ ਦੇ ਕੋਲ ਅਤੇ ਫਿਰ ਵਾਪਸੀ ਇੱਦਾਂ ਸਾਨੂੰ ਇੱਥੇ ਘੰਟਾ ਕੁ ਲੱਗ ਜਾਣਾ ਉਸ ਤੋਂ ਬਾਅਦ ਫਿਰ ਉੱਥੇ ਜਾਂਦੇ ਹਾਂ ਲਓ ਜੀ ਆਪਾਂ ਗੇਟ 'ਚ ਐਂਟਰ ਹੋ ਗਏ ਹਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਹਾਂ ਜੀ ਅਤੇ ਹੁਣ ਅਸੀਂ ਮੱਥਾ ਟੇਕਾਂਗੇ ਬਟ ਉਸ ਤੋਂ ਪਹਿਲਾਂ ਜੋੜਾ ਘਰ 'ਚ ਜਾ ਕੇ ਆਪਾਂ ਜੋੜੇ ਜਮ੍ਹਾਂ ਕਰਾ ਲਈਏ ਨਾ ਪਹਿਲਾਂ ਹਾਂਜੀ ਉਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਅੰਦਰ ਐਂਟਰ ਕਰਨ ਲਈ ਪਹਿਲਾਂ ਆਪਣੇ ਪੈਰਾਂ ਨੂੰ ਸਾਫ਼ ਕਰਕੇ ਜ਼ਰੂਰ ਜਾਣਾ ਇਹ ਸਾਰਾ ਗੁਰਦੁਆਰਾ ਸਾਹਿਬ ਦਾ ਇਤਿਹਾਸ ਲਿਖਿਆ ਹੋਇਆ ਜੀ ਹਿੰਦੀ ਪੰਜਾਬੀ ਅਤੇ ਇੰਗਲਿਸ਼ ਤਿੰਨੋਂ ਲੈਂਗੁਏਜ ਵਿੱਚ ਲਿਖਿਆ ਹੋਇਆ ਸੋ ਗਾਈਜ਼ ਇਹ ਉਹ ਸਥਾਨ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਮੁਕਤਸਰ ਦੀ ਜੰਗ ਤੋਂ ਮੁਕਤਸਰ ਤੁਹਾਨੂੰ ਸਭ ਨੂੰ ਪਤਾ ਹੀ ਹੈ ਮੁਕਤਸਰ ਸਾਹਿਬ ਦੀ ਜੰਗ ਤੋਂ ਬਾਅਦ ਇੱਥੇ ਆਏ ਅਤੇ ਇੱਥੇ ਆ ਕੇ ਉਹਨਾਂ ਨੇ ਆਪਣਾ ਘੋੜਾ ਇੱਕ ਜੰਡ ਨਾਲ ਬੰਨਿਆ ਅਤੇ ਜੱਟ ਦੇ ਬਾਣੀਏ ਦੀ ਇੱਕ ਇੱਥੇ ਸਾਖੀ ਹੈ ਕਿ ਜੱਟ ਨੇ ਬਾਣੀਏ ਕੋਲੋਂ ਦਸਮ ਪਾਤਸ਼ਾਹ ਨੂੰ ਜਾਮਨ ਦੇ ਕੇ ਕਰਜ਼ਾ ਲਿਆ ਪਰ ਵਾਪਸ ਨਾ ਕੀਤਾ ਜੱਟ ਮਾਰ ਕੇ ਤਿੱਤਰ ਦੀ ਜੂਨ 'ਚ ਪੈ ਗਿਆ ਅਤੇ ਬਾਣੀਆ ਪੈ ਗਿਆ ਬਾਜ ਦੀ ਜੂਨ ਵਿੱਚ ਸੋ ਇੱਥੇ ਫਿਰ ਬਾਜ ਕੋਲੋਂ ਤਿੱਤਰ ਨੂੰ ਮਰਵਾਇਆ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਆਪਾਂ ਹਮੇਸ਼ਾ ਪੜ੍ਹਦੇ ਹੁੰਦੇ ਹਾਂ ਕਿ ਚਿੜੀਆਂ ਨਾਲ ਬਾਜ ਲੜਾਉਣਾ ਸੋ ਇਹ ਜਿਹੜਾ ਜੋਹਰ ਕੀਤਾ ਇਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਇੱਥੇ ਸਥਾਨ 'ਤੇ ਕੀਤਾ ਅਤੇ ਬਾਬਾ ਜੀ ਨੇ ਅਤੇ ਘੋੜੇ ਨੇ ਪੌੜ ਮਾਰ ਕੇ ਜਲ ਕੱਢਿਆ ਸੀ ਉਸ ਜਗ੍ਹਾ 'ਤੇ ਅੱਜ ਸਰੋਵਰ ਮੌਜੂਦ ਹੈ ਅਤੇ ਹਰ ਕਿਸੇ ਮੱਸਿਆ ਬਸੰਤ ਪੰਚਮੀ ਦੇ ਮੇਲੇ 'ਤੇ ਸੰਗਤਾਂ ਇੱਥੇ ਆਉਂਦੀਆਂ ਨਤਮਸਤਕ ਹੁੰਦੀਆਂ ਅਤੇ ਇਹ ਉਹ ਸਥਾਨ ਹੈ ਜੋ ਇਤਿਹਾਸਿਕ ਗੁਰਦੁਆਰਾ ਸਾਹਿਬ ਹੁੰਦੇ ਆ ਉਹਨਾਂ ਦੇ ਵਿੱਚ ਸਰੋਵਰ ਵੀ ਹਮੇਸ਼ਾ ਹੁੰਦਾ ਹਾਂ ਸਰੋਵਰ ਸਾਹਿਬ ਹੈ ਸਰੋਵਰ ਸਾਹਿਬ ਵਿੱਚ ਕੁਝ ਕੁ ਜਿਹੜੀਆਂ ਮੱਛੀਆਂ ਫਿਸ਼ ਉਹ ਵੀ ਰੱਖੀਆਂ ਜਾਂਦੀਆਂ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਪੂਰੀ ਵਾਈਟ ਵਾਈਟ ਹੈ ਅਤੇ ਸੂਰਜ ਕਰਕੇ ਪੂਰੀ ਚਮਕਦੀ ਹੈ ਨਾ ਅੱਖਾਂ ਮਤਲਬ ਵੇਖ ਨਹੀਂ ਸਕਦੇ ਆਪਾਂ ਬਿਲਡਿੰਗ ਵਾਲੇ ਇੰਨਾ ਜੋ ਗਲੋ ਆ ਰਿਹਾ ਇੰਨੀ ਲਾਈਟ ਪੈ ਰਹੀ ਹੈ
ਕੋਈ ਦਾਂਡੇ ਖੰਡੰ ਤੇੜ ਪਚੰਡੰ ਜੋ ਤੋਂ ਮੰਨੰ ਭਾਣ ਪ੍ਰਮੰ ਸੁਖ ਸੰਤਾਂ ਕਰਨੰ ਦੁਰਮਤ ਤਰਨੰ ਕਿਲਬਕ ਹਰਨੰ ਅਸਰਨੰ ਜੈ ਜੈ ਜਗਦਾਨੰ ਸ੍ਰਿਸ਼ਟੀ ਅਬਾਰਨ ਮਾਮ ਪ੍ਰਤਪਾਰਨ ਜੈ ਤੇ ਗੰ ਉਹ ਵਲੀ ਜਾਂਦੀ ਸਾਹਿਬ ਨਹੀਂ ਆ ਉਹ ਆਹੀ ਹੈ ਨਾ ਇਸ ਕਰਕੇ ਪ੍ਰਧਾਨ ਸਮੇਂ ਆਪਣੇ ਕੋਲ ਆ ਉਹ ਜੰਡ ਸਾਹਿਬ ਹੈ ਤੁਹਾਨੂੰ ਪੜ੍ਹਾਉਂਦੇ ਹੈ ਇਹ ਦੇਖੋ ਕਿੰਨੇ ਸਾਲ ਪੁਰਾਣੀ ਇਹ ਪੁਰਾਣਾ ਇੱਕ ਦਰਖਤ ਹੈ ਸੋ ਇਹ ਉਹ ਜੰਡ ਸਾਹਿਬ ਹੈ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਮੁਕਤਸਰ ਸਾਹਿਬ ਤੋਂ ਆ ਕੇ ਇੱਥੇ ਆਪਣਾ ਘੋੜਾ ਬੰਨਿਆ ਸੀ ਸਾਡੇ ਮੋਗੇ ਤੋਂ ਫਿਰੋਜ਼ਪੁਰ ਇੱਕ ਘੰਟੇ ਦਾ ਰਸਤਾ ਹੀ ਹੈ ਪਰ ਸਾਨੂੰ ਇਸ ਜਗ੍ਹਾ ਬਾਰੇ ਪਤਾ ਨਹੀਂ ਸੀ ਸੋ ਸਾਨੂੰ ਜਦੋਂ ਪਤਾ ਲੱਗਾ ਤਾਂ ਅਸੀਂ ਮਤਲਬ ਉਸ ਤੋਂ ਬਾਅਦ ਅਸੀਂ ਆਉਣਾ ਸ਼ੁਰੂ ਕਰਤਾ ਸੀ ਮੰਮਾ ਪਾਪਾ ਤਾਂ ਅੱਗੇ ਵੀ ਆਏ ਹੋਏ ਆ ਬਟ ਮੈਂ ਅੱਜ ਪਹਿਲੀ ਵਾਰੀ ਇਸ ਸਥਾਨ 'ਤੇ ਆਇਆ ਹਾਂ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਇੱਧਰ ਦੀ ਕਲਰ ਐਂ ਲੱਗਦਾ ਜਿਵੇਂ ਗੁਰਦੁਆਰਾ ਸਾਹਿਬ ਨੂੰ ਹੋਣੀ ਹੋਇਆ ਨਾ ਬੜਾ ਵਾਈਟ ਵਾਈਟ ਆ ਬੜਾ ਉੱਧਰ ਵੀ ਸਾਹਮਣੇ ਨਵੀਂ ਬਿਲਡਿੰਗ ਬਣ ਰਹੀ ਹੈ ਅਤੇ ਇੱਧਰ ਜਿੱਧਰ ਸਰੋਵਰ ਸੀਗਾ ਉਹ ਵੀ ਸਾਹਮਣੇ ਨਵੀਂ ਬਿਲਡਿੰਗ ਬਣ ਰਹੀ ਹੈ ਸੋ ਮੈਨੂੰ ਲੰਗਰ ਛਕੇ ਨੂੰ ਕਾਫੀ ਟਾਈਮ ਹੋ ਗਿਆ ਮੈਨੂੰ ਲੱਗਦਾ ਜਦੋਂ ਤੱਕ ਕਰੋਨਾ ਵਾਇਰਸ ਹੋਇਆ ਲੋਕਡਾਊਨ ਹੋਇਆ ਗੁਰਦੁਆਰਾ ਸਾਹਿਬ ਸਾਰੇ ਬੰਦ ਹੋ ਗਏ ਸੀ ਹੈ ਨਾ ਸੋ ਕਾਫੀ ਟਾਈਮ ਹੋ ਗਿਆ ਲੰਗਰ ਨਹੀਂ ਛਕਿਆ ਸੀ ਅੱਜ ਆਪਣੀ ਕਿਸਮਤ 'ਚ ਹੈ ਲੰਗਰ ਅਤੇ ਬਹੁਤ ਜ਼ਿਆਦਾ ਐਕਸਾਈਟਡ ਹੈ ਨਾ ਸਰੋ ਮਨਸੂਰ ਗੁਰਗੋਬਿੰਦ ਸਿੰਘ ਏਜ ਦੀ ਮਨਜੂਰ ਗੁਰਗੋਬਿੰਦ ਸਿੰਘ ਹੱਕ ਹੱਕ ਅਗਾਹ ਗੁਰਗੋਬਿੰਦ ਸਿੰਘ ਸ਼ਾਹੇ ਸ਼ਹਿਨ ਸ਼ਾਹ ਗੁਰਗੋਬਿੰਦ ਸਿੰਘ ਦੇਹ ਸ਼ਿਵਾ ਮਰ ਮੋਹਿ ਹੈ ਸ਼ੁਭ ਕਰਮਨ ਤੇ ਕਬਹੂ ਨਾ ਡਰੋ ਲੰਗਰ ਵੀ ਛਕ ਲਿਆ ਚਾਹ ਵੀ ਪੀ ਲਈ ਮੱਥਾ ਵੀ ਟੇਕ ਲਿਆ ਸਰੋਵਰ 'ਚ ਪੰਜ ਇਸ਼ਨਾਨਾਂ ਵੀ ਕਰ ਲਈਆਂ ਅਤੇ ਹੁਣ ਅਸੀਂ ਜਾ ਰਹੇ ਹਾਂ ਆਪਣੇ ਘਰ ਨੂੰ ਵਾਪਸ ਅਤੇ ਬਸ ਅੱਜ ਦਾ ਜਿਹੜਾ ਵੀਲੋਗ ਆ ਉਹ ਸਾਰਾ ਇੱਥੇ ਹੀ ਖਤਮ ਹੁੰਦਾ ਹੁਣ ਤੁਸੀਂ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਠੀਕ ਹੈ ਜਿਸ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਅਸੀਂ ਤੁਹਾਡੇ ਵਾਸਤੇ ਹੋਰ ਇੱਦਾਂ ਦੇ ਜਿਹੜੇ ਵੀਲੋਗਸ ਆ ਉਹ ਲੈ ਕੇ ਆ ਸਕੀਏ ਠੀਕ ਹੈ ਜੀ ਸੋ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ